ਉਹ ਇੱਕੋ ਦਿਨ ਨੇ ਉਹ ਵੀ ਮੇਰਾ ਮਤਲਬ ਹੈ ਕਿ ਉਹ ਵਿਚਾਰਾ ਉਹ ਜਿਹੜਾ ਕੇਪੀਕੇ ਦਾ ਚੀਫ ਮਿਨਿਸਟਰ ਹੈ ਉਹਨੇ ਸਾਰੀ ਕੋਸ਼ਿਸ਼ ਕੀਤੀ ਸੀ ਨਾ ਉਹਨੇ ਵੀ ਉੱਥੇ ਆਪਣਾ ਖਿਲਾਫ਼ ਬੜਾ ਨਹੀਂ ਦਿੱਤਾ ਹਾਂ ਉਹ ਕਹਿ ਰਹੇ ਨੇ ਸਾਡੇ 'ਤੇ ਬੜਾ ਜ਼ੁਲਮ ਹੋਇਆ ਬਿਲਕੁਲ ਸਹੀ ਦੇਖੋ ਜੀ ਉਹ ਡੰਡੇ ਖਾ ਕੇ ਹੀਰੋ ਬਣ ਗਿਆ ਉਹਨਾਂ ਦਾ ਹੈਜੀ ਪਾਕਿਸਤਾਨ ਦਾ ਜਿਹੜਾ ਨਿਲਾਮ ਹੈ ਨਾ ਭਾਈ ਡੰਡੇ ਖਾ ਤੇ ਹੀਰੋ ਬਣ ਜਾ 64 ਸਾਲ ਮੇਰੀ ਉਮਰ ਹੋ ਗਈ ਮੈਂ ਦੇਖ ਰਿਹਾ ਤੇ ਹੰਨ ਮੈਂ ਕੁਝ ਹੰਨ ਕਹਿੰਦਾ ਕਿ ਤੇ ਹਾਲਾਤ ਦਾ ਸਾਨੂੰ ਕੋਈ ਜੀ ਭਾਵੇਂ ਕੋਈ ਵੀ ਹੈ ਮੈਂ ਕਿਸੇ ਦੀ ਨਾ ਮੈਂ ਕਰਦਾ ਨਾ ਇੱਕੋ ਜਿਹੇ ਸਾਰੇ ਇੱਕੋ ਜਿਹੇ ਧੀ ਚੋਲ ਬੇਟੀ ਚੋਲ ਤੇ ਥੱਲੇ ਨੇ ਮਗਰ ਫਰਕ ਹੈਗਾ ਥੋੜ੍ਹੇ ਅੱਜ ਕਿ ਉਹ ਤਾਂ ਕਿਹੜਾ ਤੇ ਥੋੜ੍ਹਾ ਥੋੜ੍ਹਾ ਕਿਹੜਾ ਪੀਪਲ ਪਾਰਟੀ ਦੇ ਜਿਹੜੇ ਸਰਬਰਾਹ ਸੀ ਉਹਨਾਂ ਕੋਲ ਰੁਪਈਆ ਹੁੰਦਾ ਸੀ ਰੁਪਈਆ ਹੀ ਖਾ ਜਾਂਦੇ ਜੀ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨਾ ਚੀਆਂ ਦੇ ਲਾਦੇ ਦਾਖਾਂ ਦੇ ਖਾਂਦੇ ਜੇਲ੍ਹਖਾਨਾ ਲੈ ਕੇ ਬੜਾ ਖੁਸ਼ ਇਹੀ ਸਿਆਸਤ ਸਮਝਦਾ ਮੇਰਾ ਮਤਲਬ ਹੈ ਕਿ ਉਹ ਖੌਫਜ਼ਦਾ ਹੈ ਕਿ ਜਿਹੜੇ ਆ ਤਰੱਕਿਆਤੀ ਕੰਮ ਹੋ ਰਹੇ ਨੇ ਲੇਕਿਨ ਉਹ ਪਤਾ ਹੋਵੇ ਅਗਲੀ ਵਾਰੀ ਮੇਰੀ ਵਾਰੀ ਹੈ ਤੇ ਮੈਂ ਕੀ ਕਰਾਂਗਾ ਜੀ 100 ਸਾਲ ਤੱਕ ਨਹੀਂ ਮੈਂ ਦੇਖੇ ਦੇ ਦੇਣਾ ਕਿ ਉਹ ਵਜ਼ੀਰ ਨਹੀਂ ਬਣ ਸਕਦਾ ਅਪਰਚੁਨਿਟੀ ਇਹ ਜੀ ਖਤਮ ਹੋ ਗਈ ਹੈ ਅਗਰ 2018 'ਚ ਤੁਸੀਂ ਇਲੈਕਸ਼ਨ ਕਰਾਉਂਦੇ ਹੋ ਨਾ ਤਾਂ ਤੁਹਾਡੀ ਮਰਜ਼ੀ ਤੁਸੀਂ ਕਰਾਉਣੇ ਜਾਂ ਨਹੀਂ ਕਰਾਉਣੇ ਜਾਂ ਕੀ ਹੋਣਾ ਨਹੀਂ ਉਹ ਵਜ਼ੀਰ ਦੀ ਏਜ ਖਤਮ ਹੋ ਗਈ ਸਿਸਟਮ ਹੈ ਨਾ ਜੀ 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 65 ਦੀ ਉਮਰ ਦਾ ਬਸ ਸਿਸਟਮ ਵਾਈਜ਼ ਤੇ ਨਹੀਂ ਕੋਈ ਚੇਂਜ ਕਰ ਸਕਦੇ ਜੀ 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 ਇਧਰ ਉਹ ਕਰ ਸਕਦੇ ਨਹੀਂ ਕਰ ਸਕਦੇ ਇਹ ਦੇਖੋ ਨਾ ਦੂਸਰੀ ਗੱਲ ਅਗਰ ਨਵਾਜ਼ ਸ਼ਰੀਫ ਤੀਸਰੀ ਵਾਰੀ ਬਣੇ ਨੇ ਤੇ ਉਹ ਆਪਣਾ ਵੋਟ ਲੈ ਕੇ ਬਣੇ ਨੇ ਕਿ ਤੀਸਰੀ ਵਾਰੀ ਇਜਾਜ਼ਤ ਦੇ ਦਿਓ ਉਹਨੂੰ ਫਾਈਨ ਪਾਸ ਹੋਇਆ ਜੀ 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 ਮੇਰੀ ਜ਼ਰੂਰਤ ਪੂਰੀਆਂ ਹੋ ਰਹੀਆਂ ਸਿਸਟਮ ਹਾਂਜੀ ਪਿਆਰੀਆਂ ਬੱਚੀਆਂ ਤੇ ਖੂਬਸੂਰਤ ਬੱਚੀਆਂ 100 ਦਿਨ ਤੋਂ ਰੋ ਗੈਬ ਰਹੀਆਂ ਕਿਸੇ ਮਾਂ ਪਿਓ ਨੂੰ ਖਿਆਲ ਨਹੀਂ ਆਇਆ ਪਰੇਸ਼ਾਨੀ ਹੋ ਜਾਂਦੀ ਹਾਂਜੀ ਹਾਂਜੀ ਪਰੇਸ਼ਾਨੀ ਹੋ ਜਾਂਦੀ ਹਾਂ 100 ਦਿਨ 126 ਦਿਨ ਜਿੰਨੇ ਦਿਨ ਵੀ ਪਹਿਲੇ ਦਿਨ ਜਵਾਨ ਜੀ ਜੀ ਮਾਦਰ ਪਿਤਰ ਆਜ਼ਾਦ ਜਿਹੜੇ ਨਾ ਉਹ ਉਹ ਸਾਰਾ ਉਹ ਬਿਲਕੁਲ ਸਹੀ ਬਿਲਕੁਲ ਸਹੀ ਮੈਂ ਕਿਸੇ ਦੀ ਮੁਹਾਲਫਤ ਜਾਂ ਕਿਸੇ ਦੀ ਹਮਾਇਤ ਨਹੀਂ ਕਰ ਰਿਹਾ ਮੈਂ ਪਾਕਿਸਤਾਨ ਦੀ ਖਾਤਰ ਹੋਣਾ ਇਹਦੀ ਖੈਰ ਮੰਗੋ ਜਿਹਦੇ ਨਾਲ ਅਸੀਂ ਗਏ ਹਾਂ ਜੀ ਜੀ ਅੱਜ ਅਗਰ ਪਾਕਿਸਤਾਨ ਨਾ ਬਣਿਆ ਹੁੰਦਾ ਤਾਂ ਸਾਡੀਆਂ ਮਾਵਾਂ ਭੈਣਾਂ ਧੀਆਂ ਹਿੰਦੂਆਂ ਦੇ ਘਰ ਭਾਂਡੇ ਮਾਂਜਦੀਆਂ ਹੁੰਦੀਆਂ ਮੈਂ ਪਿਛਲੇ ਸਾਲ ਹੋ ਗਿਆ ਉਹ ਰੋਟੀ ਦਿੰਦੇ ਤੇ ਅਸੀਂ ਘਰ ਉਹ ਲਿਆਂਦੀਆਂ ਤੇ ਅਸੀਂ ਘਰ ਬੈਠੇ ਪਿਛਲੇ ਸਾਲ ਦੇ ਕੇ ਮੁਸਲਮਾਨਾਂ ਦੇ ਹਾਲਾਤ ਅਜੇ ਵੀ ਬੜੇ ਭੈਣੇ ਨੇ ਬੁਰਾ ਕਹਿ ਰਹੇ ਨਾ ਮੈਂ ਇਮਰਾਨ ਖਾਨ ਬੁਰਾ ਕਹਿ ਰਿਹਾ ਬਿਲਕੁਲ ਸਹੀ ਮੈਂ ਜਿਹਨੂੰ ਬੁਰਾ ਕਹਿੰਦਾ ਉਸ ਪਾਸੇ ਕੋਈ ਨਹੀਂ ਆਉਂਦਾ ਸਭ ਤੋਂ ਵੱਡਾ ਬਗੈਰ ਤੁਹਾਡੇ ਮੁਲਕ ਦੇ ਵਿੱਚ ਇਨਸਾਫ਼
ਸਾਰਾ ਕੋਈ ਮਾਫ਼ ਹੈ ਉਹਨੂੰ ਮਾਫ਼ ਹਾਂ ਦੇਖੋ ਨਾ ਕਿਹੋ ਜਿਹੇ ਲੀਡਰ ਨੇ ਸਾਡੇ ਚੇਅਰਮੈਨ ਬਣਾਇਆ ਤੇਰੇ ਕੋਲ ਇੱਕ ਟੁੱਟਾ ਸੀ ਤਿੰਨ ਮੁੰਡੇ ਤੇਰੇ ਸਕੂਟਰ ਨੂੰ ਟਿੱਕੇ ਦਿੰਦੇ ਸੀ ਤੇ ਸਟਾਰਟ ਹੁੰਦਾ ਸੀ ਜੀ 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 ਬਿਲਕੁਲ ਸਹੀ ਹੈ ਬਿਲਕੁਲ ਮਿਸਾਲ ਪਾਕਿਸਤਾਨ ਦੀ ਖੁਰਾਕ ਬਿਲਕੁਲ ਸਹੀ ਜਿਸਨਾ ਪਾਰਟੀਸ਼ਨ ਵੱਲ ਤੁਸੀਂ ਕਹਿ ਸਕਦੇ ਹੋ ਨਾ ਪਾਰਟੀਸ਼ਨ ਦੇ ਟਾਈਮ ਸਿੱਖਾਂ ਨੇ ਜੋ ਜੋ ਕੁਝ ਕੀਤਾ ਹਾਂ ਉਹ ਸਿੱਖਣੀਆਂ ਬਣ ਗਈਆਂ ਵਿਚਾਰੀਆਂ ਹੈਂ ਜੋ ਕੁਝ ਜ਼ੁਲਮ ਹੋਇਆ ਹਾਂ ਕਿਸੇ ਨੂੰ ਕੋਈ ਨਹੀਂ 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 ਮੈਂ 100% ਤੁਹਾਡੀ ਗੱਲ ਤੋਂ ਇਤਫਾਕ ਕਰਨਾ ਪਿਆ ਯਕੀਨ ਕਰੋ ਤੁਸੀਂ ਤੇਜ਼ੀ ਹੈ ਯਾਨੀ ਯਾਨੀ ਸੁਬਾਹ ਕੁਛ ਹੋਰ ਰੇਟ ਦੁਪਹਿਰ ਨੂੰ ਕੁਛ ਹੋਰ ਸ਼ਾਮ ਨੂੰ ਕੁਛ ਹੋਰ ਮੈਂ ਜਦਕਿ ਹੁਣ 180 ਰੁਪਏ ਮੈਂ ਪੁੱਛਿਆ ਅੱਜ ਹਾਂ 100 ਰੁਪਏ ਲੈ ਕੇ ਹਾਂ 20 ਰੁਪਏ ਕਿੱਥੋਂ ਬੇਸਿਕ ਜਿਹੜੇ ਬੁਨਿਆਦੀ ਜਿਹੜੇ ਇਸ਼ੂਜ ਨੇ ਨਾ ਉਹਨਾਂ ਵੱਲ ਕੋਈ ਆਉਂਦਾ ਹੀ ਨਹੀਂ ਪਿਆ ਬਿਲਕੁਲ ਸਹੀ ਸਾਡੀ ਸੋਚ ਹੀ ਨਹੀਂ ਮਦੂਦ ਹੋ ਗਈ ਸਾਨੂੰ ਲਾਤਾ ਚਲੋ ਰੋਟੀ ਕਮਾਉਣ ਦੇ ਚੱਕਰ ਮਜ਼ਦੂਰੀ ਕਰਦਾ ਹੋਇਆ ਬੱਤੀ ਨੀ ਗਈ ਬਿਲਕੁਲ ਸਹੀ ਬੜੀ ਮਿਹਰਬਾਨੀ।